ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਮੈਂ ਹੋਪ ਕਰਦਾ ਤੁਸੀਂ ਅਤੇ ਤੁਹਾਡੀ ਫੈਮਿਲੀ ਸਾਰੇ ਠੀਕ ਹੋਵੋਗੇ। ਮੈਂ ਨਾ ਲੇਟ ਹੋ ਰਿਹਾ ਜਿੱਥੇ ਵੀ ਜਾਣਾ ਸੀਗਾ, ਅਤੇ ਮੈਂ ਜਿਵੇਂ ਹੁਣ ਉੱਠਣ ਤੋਂ ਪਹਿਲਾਂ ਕੀ ਹੋਇਆ ਵੀ ਮੈਨੂੰ ਭਾਅ ਜੀ ਕੋਈ ਹੋਰ ਪਲੈਨ ਦੱਸ ਕੇ, ਘਰ ਦੇ ਕੋਈ ਹੋਰ ਪਲੈਨ ਦੱਸ ਰਹੇ ਸੀਗੇ, ਮੈਨੂੰ ਪਾਪਾ ਆ ਕੇ ਕੋਈ ਹੋਰ ਪਲੈਨ ਦੱਸ ਕੇ ਮੈਂ ਥੋੜ੍ਹਾ ਲੇਜ਼ੀ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਪਤਾ ਲੱਗਾ ਵੀ ਨਹੀਂ, ਪਲੈਨ ਉਹੀ ਆ, ਪਾਪਾ ਬਸ ਥੋੜ੍ਹਾ ਜਿਹਾ ਜ਼ਿਆਦਾ ਦੱਸ ਕੇ। ਅਤੇ ਚਲੋ ਜੀ, ਉਹ ਕੀ ਕਹਿੰਦੇ, ਹੁਣ ਮੈਂ ਨਾ ਵਾਲ ਬੂਲ ਤਾਂ ਸੈੱਟ ਕਰ ਲਏ, ਹੁਣ ਨਾ ਬੂਟ ਪਾਈਏ ਲੱਭ ਕੇ ਕੋਈ ਘੈਂਟ ਜੇ, ਅਤੇ ਅੱਜ ਕੋਈ ਨਵੇਂ ਬੂਟਾਂ 'ਚੋਂ ਕੁਛ ਪਾਉਂਦੇ ਹਾਂ। ਚਲੋ ਜੀ, ਮੈਂ ਮੰਗਵਾਏ ਸੀ ਆਹ ਵਾਲੇ ਨਵੇਂ ਬੂਟ, ਅਤੇ ਮੈਂ ਕੀ ਕਹਿੰਦੇ ਆ ਸੋਚ ਰਿਹਾ ਵੀ ਅੱਜ ਆਹੀ ਪਾ ਜਾਈਏ, ਅਤੇ ਕਿਉਂਕਿ ਕਾਫੀ ਵਧੀਆ ਲੱਗ ਰਿਹਾ ਮੈਨੂੰ ਇਹ, ਅਤੇ ਜੱਚ ਵੀ ਜਾਣਗੇ ਇਸ ਆਊਟਫਿਟ ਦੇ ਨਾਲ। ਅਤੇ ਚਲੋ ਜੀ, ਫਿਰ ਸ਼ੂਜ਼ ਪਾਈਏ। ਯੂ ਨੋ ਵਟ, ਲਿਟਲ ਬਿਟ ਚੇਂਜ ਆਫ ਪਲੈਨ, ਮੈਨੂੰ ਲੱਗਦਾ ਮੈਨੂੰ ਬੂਟ ਚੇਂਜ ਕਰ ਲੈਣੇ ਚਾਹੀਦੇ, ਕਿਉਂਕਿ ਇਹ ਕੱਪੜਿਆਂ ਨਾਲ ਇਹ ਬੂਟ ਨਹੀਂ ਜੱਚ ਰਹੀ। ਇਹ ਥੋੜ੍ਹੇ ਜਿਹੇ ਹੋਰ ਟ੍ਰਿਪੀ ਕਲੋਜ਼ ਹੋਣ ਨਾਲ, ਜਿਹੜੇ ਮਤਲਬ ਕਿ ਟੀਨੇਜਰ ਕੱਪੜੇ ਪਾਉਂਦੇ ਆ ਉਹਨਾਂ ਨਾਲ ਜੱਚਣਗੇ। ਅਤੇ ਮੈਂ ਵੀ ਟੀਨੇਜਰ ਹਾਂ ਜੀ, ਪਰ ਫੰਕਸ਼ਨ 'ਤੇ ਜਿੱਦਾਂ ਨਾਲ ਮੈਂ ਹੈਂਗ ਆਊਟ ਕਰ ਰਿਹਾ ਉਹ ਟੀਨੇਜਰ ਨਹੀਂ ਹੈਗੇ। ਸੋ ਲੈਟ ਮੀ ਚੇਂਜ ਮਾਈ ਸ਼ੂਜ਼। ਪਾਪਾ ਕੀ ਕਰ ਰਹੇ ਨੇ? ਪਾਪਾ ਤੁਸੀਂ ਬੂਟਾਂ ਨੂੰ ਪਾਣੀ ਲਾਉਣ ਲੱਗ ਗਏ? ਆ ਮੈਂ ਬੂਟ ਰਹਿਣ ਦਾਂਗੇ ਬਦਲਣਾ, ਠੀਕ ਨੇ? ਮੈਂ ਸੋਚ ਰਿਹਾ ਇਹਨਾਂ ਦੀ ਜਗ੍ਹਾ ਕਾਲੇ ਪਾਉਣਾ। ਪਾਪਾ ਕਹਿੰਦੇ ਵੀ ਆਹੀ ਤੇਰੇ ਬੂਟ ਠੀਕ ਨੇ, ਅਤੇ ਫਿਰ ਮੈਂ ਉਹੀ ਪਾ ਕੇ ਅਤੇ ਅਸੀਂ ਘਰੋਂ ਨਿਕਲ ਗਏ। ਅਤੇ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਕੀਰਤਨ ਤੋਂ। ਹਮੇਸ਼ਾ ਵਧੀਆ ਸਟਾਰਟ ਹੁੰਦੀ ਹੈ, ਅਤੇ ਤੁਸੀਂ ਆਹ ਕੀਰਤਨ ਸੁਣੋ। ਬੱਚਿਆਂ ਨੇ ਬਹੁਤ ਵਧੀਆ ਕੀਰਤਨ ਕੀਤਾ। ਚਲੋ ਜੀ, ਕੀਰਤਨ ਤੋਂ ਬਾਅਦ ਫਿਰ ਆਇਆ ਭੰਗੜੇ ਦੀ ਵਾਰੀ। ਅਤੇ ਭੰਗੜਾ ਵੀ ਜੋ ਮਤਲਬ ਕਿ ਜੋਸ਼ ਸੀਗਾ ਨਾ ਬੱਚਿਆਂ 'ਚ, ਉਹ ਬਿਲਕੁਲ ਹੀ ਡਿਫਰੈਂਟ ਲੈਵਲ ਦਾ ਸੀਗਾ। ਅਤੇ ਬਹੁਤ ਜਿੱਦਾਂ ਮਜ਼ਾ ਆ ਗਿਆ ਦੇਖ ਕੇ। ਅਤੇ ਬਾਕੀ ਤੁਸੀਂ ਹੁਣ ਅੱਗੇ ਦੇਖੋ।
ਆਰਟਿਸਟ ਹੈ ਉਹ ਹੈਗਾ ਜੀ ਕਲਿਸ਼ਾ ਬੀਨ ਦਰੀ ਨੇ ਪੱਟੀਆਂ ਕੁੜੀਆਂ ਉਹ ਮਸਤ ਹੋਈਆਂ ਮੁਟਿਆਰਾਂ ਕੁੜੀਆਂ ਉਹ ਬੈਠੀਆਂ ਚੁਰਮਟ ਪਾ ਜੋਗੀਆਂ ਵੇ ਉਹ ਬੈਠੀਆਂ ਚੁਰਮਟ ਪਾ ਜੋਗੀਆਂ ਵੇ ਰਸ ਓਕੇ ਜਦੋਂ ਸਾਰਾ ਕੁਛ ਹੋ ਗਿਆ ਅਤੇ ਉਸ ਤੋਂ ਬਾਅਦ ਆਈ ਵਾਰੀ ਮੇਨ ਸਿੰਗਰ ਦੀ ਅਤੇ ਉਹ ਸੀਗੇ ਸਰਬਜੀਤ ਚੀਮਾ ਸਾਹਿਬ ਅਤੇ ਹੁਣ ਮਤਲਬ ਕਿ ਉਹ ਮੈਨੂੰ ਡਿਫਰੈਂਟ ਹੀ ਐਕਸਪੀਰੀਅੰਸ ਲੱਗਿਆ ਕਿਉਂਕਿ ਉਹ ਇੱਕ ਇਕੱਲੇ ਸਿੰਗਰ ਸੀ ਜਿਹੜੇ ਮਤਲਬ ਕਿ ਆਪ ਆ ਕੇ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਥੱਲੇ ਵੀ ਆਉਣਾ ਸਟੇਜ ਤੋਂ ਜਾਏ ਜਿੱਦਾਂ ਮਰਜ਼ੀ ਪਰ ਉਹ ਸਟੇਜ ਤੋਂ ਥੱਲੇ ਵੀ ਆਏ ਸਾਰਿਆਂ ਨਾਲ ਨੱਚੇ ਉਹ ਸਾਰਾ ਗਾਏ ਸਾਰਿਆਂ ਨਾਲ ਅਤੇ ਮਤਲਬ ਕਿ ਉਹ ਸਿੰਗਰਾਂ 'ਚ ਨਹੀਂ ਸੀ ਵੀ ਹਾਂ ਮੇਰਾ ਟਾਈਮ ਪੂਰਾ ਹੋ ਗਿਆ ਤਾਂ ਮੈਂ ਚੱਲਾਂ They were still willing to stay there and sing for more, and which was a good part about them. The baki singer hunde vi oh fir na na karde rehnde vi hun ni ek vi gana gana ya ye wo hana oh fir vi end te karde jande jande rangla punjab ga ke ਮੈਂ ਹੋਪ ਕਰਦਾ ਵੀ ਆਹ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਇਹਦੇ 'ਚ ਮੈਂ ਬਹੁਤ ਮਿਹਨਤ ਕੀਤੀ ਹੈ ਮਤਲਬ ਕਿ ਚਲੋ ਜੇ ਤੁਹਾਨੂੰ ਨਹੀਂ ਵੀ ਲੱਗ ਰਹੀ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਉ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਅਤੇ ਆਪਾਂ ਹੋਪ ਕਰਾਂਗੇ ਵੀ ਆਪਾਂ ਇਸ ਵੀਡੀਓ ਵਾਂਗੂ ਦੂਜੀਆਂ ਵੀਡੀਓਜ਼ ਨੂੰ ਵੀ ਟਾਈਮ ਦੇਈਏ ਕਿਉਂਕਿ ਇੱਥੇ ਤਾਂ ਮੈਂ ਦੋ ਦਿਨ ਕਿਹਾ ਹੁਣ ਲਾਈਕ ਅਤੇ ਉਹਦਾ ਦੂਜੀ ਵਾਰੀ ਸਵੇਰ ਹੋ ਗਈ ਆ ਅਤੇ ਚਲੋ ਜੀ ਥੈਂਕ ਯੂ ਫੋਰ ਵਾਚਿੰਗ ਸੀ ਯੂ ਗਾਇਜ਼ ਇਨ ਦ ਨੈਕਸਟ ਵਨ